श्रद्धा तथा आस्था के केंद्र सचखंड श्री हरिमंदिर साहिब पर लगे सोने की चमक अब दुगनी होने जा रही है। दरअसल एसजीपीसी द्वारा सचखंड श्री हरिमंदिर साहिब पर लगे सोने की कार सेवा आज से शुरू हो गई है। गुरुद्वारा देगसर कटाना में हुई एसजीपीसी की मीटिंग में ये फैसला लिया गया था तथा ये कार सेवा गुरु नानक निष्काम सेवक जत्था भमिग्रम को दी गई है। जत्थे के 20 मेंबर सुबह 8 बजे शाम 6 बजे तक रीठे के पानी से सोने की धुलाई करेंगे। ਸ੍ਰੀ ਗੁਰੂ ਨਾਨਕ ਨਿਸ਼ਾਮ ਸੇਵ ਜੱਥਾ ਜੀ ਇੰਗਲੈਂਡ ਤੋਂ ਸਾਰੀ ਸੰਗਤ ਬਰਮਿੰਗਮ ਤੋਂ ਜੀ ਗੁਰੂ ਨਾਨਕ ਨਿਸ਼ਕਾਮ ਸੇਵ ਜੱਥਾ ਕੁਝ ਕ੍ਰਿਚੋ ਵਾਲੇ ਸੀਗੇ ਬਾਬਾ ਜੀ ਉਹ ਤੋਂ ਬਾਅਦ ਬਾਬਾ ਜੀ ਮੇਰ ਆਪਣੇ ਭਾਈ ਸਾਹਿਬ ਜੀ ਹੋਣੀ ਬਾਬਾ ਸਾਹਿਬ ਨਰੰਗ ਸਿੰਘ ਜੀ ਹੁਣ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਸੇਵਾ ਕਰਾ ਦੇ ਉਹਨਾਂ ਜਗ੍ਹਾ 'ਤੇ 99 ਵਿੱਚ ਫਿਨਿਸ਼ ਹੋਈ 4 ਸਾਲਾਂ ਦੇ ਵਿੱਚ ਉਹ ਤੋਂ ਬਾਅਦ ਵਿੱਚ ਹਰੇਕ ਸਾਲ ਬਾਅਦ ਸੰਗਤ ਉੱਥੋਂ ਆਉਂਦੀ ਹੈ ਬਰਮਿੰਗਮ ਯੂਕੇ ਤੋਂ ਇਟ ਟੇਕਸ ਅਬਾਊਟ 10-12 ਦਿਨ ਲੱਗਦੇ ਆ ਸੇਵਾ ਕਰਨ 5 ਸਾਲ ਫਿਰ ਸੇਵਾ ਬੰਦ ਕਰਤੀ ਸੀ ਵੀ ਉਹ ਸਾਡੇ ਮਹਾਂਪੁਰਸ਼ ਕਹਿੰਦੇ ਕਮੇਟੀ ਸਾਨੂੰ ਕਵੇ ਇਹਨੂੰ ਸਾਫ਼ ਕਰੋ ਇਹਨਾਂ ਨੇ ਹੁਣ 22 ਜੁਲਾਈ ਵਿੱਚ ਜਾਏ 22 ਜੁਲਾਈ ਨੂੰ ਮੀਟਿੰਗ ਰੱਖ ਕੇ ਅਨਾਊਂਸਮੈਂਟ ਕਰਤਾ ਵੀ ਸੇਵਾ ਕਰੋ ਅਤੇ 5 ਸਾਲ ਬਾਅਦ ਸੰਗਤ ਦੁਆਰਾ ਸੇਵਾ ਕਰਨ ਆਈ ਹੋ ਪਹਿਲਾਂ ਅਸੀਂ ਹਰੇਕ ਸਾਲ ਆਉਂਦੇ ਹੁੰਦੇ ਸੀ ਸੇਵਾ ਕਰਨ 20 ਮੈਂਬਰ ਆਏ ਆਪੋ ਆਪਣੇ ਕੰਮ ਛੱਡ ਕੇ ਆਉਂਦੇ ਆਪਣਾ ਖਰਚਾ ਕਰਕੇ ਆਉਂਦੇ ਰੀਠਾ ਉਹ ਪੁਰਾਤਨ ਜਗ੍ਹਾ 1000 ਈਅਰਸ ਤੋਂ ਚੱਲਦੀ ਆਉਂਦੀ ਹੈ ਰੀਠੇ ਨੂੰ ਬੋਇਲ ਕਰੀਦਾ ਹੈਗਾ 3-4 ਘੰਟੇ ਲੱਗਦੇ ਆ ਹੁਣ ਮਲ ਨਾ ਠੰਡੇ ਹੋਏ ਤੋਂ ਉਹ ਸਾਬਣ ਕੋਲ ਤਾਂ ਕੈਮੀਕਲ ਨਹੀਂ ਹੈ ਉਹ ਸੋਨੇ ਨੂੰ ਉਹ ਰੀਠੇ ਨਾਲ ਧੋਣਾ ਬਾਅਦ ਸਰੋਵਰ ਤੋਂ ਜਲ ਲਿਆ ਕੇ ਉਹ ਨਿਸਾਬ ਧੋਣਾ ਫਿਰ ਟਾਵਲ ਨਿਸਾਬ ਕਰਨਾ